ਅਤੇ ਹਾਂਜੀ ਦੋਸਤੋ, ਸਟੈਫਲਨ ਡੋਨ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਪੋਸਟ ਸਾਂਝੀ ਕੀਤੀ ਆ। ਕੁਝ ਵੀਰ ਕਹਿ ਰਹੇ ਨੇ ਵੀ ਕੱਲ੍ਹ ਨੂੰ 4 ਵਜੇ ਗਾਣਾ ਆਉਣਾ ਆ, ਤਾਂ ਉਸ ਪੋਸਟ ਦਾ ਮਤਲਬ ਦੋਸਤੋ ਇਹ ਨਹੀਂ ਆ ਵੀ ਕੱਲ੍ਹ ਨੂੰ ਗਾਣਾ ਰਿਲੀਜ਼ ਹੋਣਾ ਆ। ਉਸ ਪੋਸਟ ਦੇ ਵਿੱਚ ਸਟੈਫਲਨ ਡੋਨ ਨੇ ਲਿਖਿਆ, ਆਈ ਵੁੱਡ ਲਾਈਕ ਯੂ ਟੂ ਬੀ ਏ ਪਾਰਟ ਆਫ ਦ ਡਿਲੇਮਾ ਮਿਊਜ਼ਿਕ ਵੀਡੀਓ, ਮੀਟ ਮੀ ਐਟ 30 ਸਾਊਥ ਰੋਡ ਸਾਊਥ ਹੋਲ UV1 IRR 4 PM ਫਰਾਈਡੇ ਟਮੋਰੋ। ਥੈਂਕਸ ਡੋਨਸ ਫੋਰ ਕਮੈਂਟਿੰਗ 1 lakh ਟਾਈਮਸ ਇਨ ਲੈੱਸ ਦੈਨ 5 hours ਫੋਰ ਦਿਸ। ਗੱਲ ਦੋਸਤੋ ਇੱਦਾਂ ਆ ਕਿ ਜੋ ਐਡਰੈਸ ਸਟੈਫਲਨ ਡੋਨ ਨੇ ਦਿੱਤਾ ਆ, ਉੱਥੇ ਕੱਲ੍ਹ ਨੂੰ ਸ਼ਾਮ ਨੂੰ 5 ਵਜੇ UK ਦੇ ਟਾਈਮ ਅਨੁਸਾਰ ਜਿਹੜੇ ਜਿਹੜੇ ਨੇੜੇ ਤੇੜੇ ਦੇ ਲੋਕ ਨੇ ਇਸ ਵੀਡੀਓ ਦਾ ਪਾਰਟ ਬਣਨਾ ਚਾਹੁੰਦੇ ਨੇ, ਉੱਥੇ ਪੁੱਜ ਜਿਓ, ਉੱਥੇ ਸ਼ੂਟ ਹੋਊਗਾ। ਸਟੈਫ ਦੇ ਨਾਲ ਉੱਥੇ ਸਟੀਲ ਬੈਂਗਲਸ ਵੀ ਆਊਗਾ ਦੋਸਤੋ। ਸੋ ਵੀਡੀਓ ਗਾਣੇ ਦੀ ਡਿਲੇ ਹੋ ਸਕਦੀ ਆ 2-3 ਦਿਨ, ਐਡੀਟਿੰਗ ਦੇ ਵਿੱਚ ਵੀ ਲੱਗਦੇ ਨੇ ਤੁਹਾਨੂੰ ਪਤਾ ਆ। ਸੋ ਗਾਣਾ ਹਾਲੇ ਰਿਲੀਜ਼ ਹੋਣ ਦੇ ਕੋਈ ਚਾਂਸ ਦਿਖਾਈ ਨਹੀਂ ਦੇ ਰਹੇ ਨੇ, ਕਿਉਂਕਿ ਜਿਹੜਾ ਕੱਲ੍ਹ ਨੂੰ ਮੀਟਅਪ ਆਉਣਾ ਆ ਉਹ ਵੀਡੀਓ ਦੇ ਵਿੱਚ ਲਿੱਤਾ ਜਾਊਗਾ, ਜਿਵੇਂ ਕਿ ਸਟੈਫ ਡੋਨ ਨੇ ਦਿਖਾਇਆ ਆ ਆਪਣੇ ਇੰਸਟਾਗ੍ਰਾਮ 'ਤੇ। ਸੋ ਦੋਸਤੋ ਗਾਣਾ ਡਿਲੇ ਹੋ ਸਕਦਾ ਆ, ਕਿਉਂਕਿ 1-2 ਦਿਨ ਐਡੀਟਿੰਗ ਦੇ ਵਿੱਚ ਵੀ ਲੱਗਦਾ ਆ, ਤੁਹਾਨੂੰ ਪਤਾ ਆ।